ਦੋਸਤੋ ਰਸ਼ੀਆ ਤੇ ਯੂਕਰੇਨ ਦੇ ਵਿੱਚ ਜਿਹੜੀ ਜੰਗ ਆ ਉਹ ਲਗਾਤਾਰ ਚੱਲਦੀ ਪਈ ਆ ਔਰ ਇਹਦੇ ਵਿੱਚ ਬਹੁਤ ਵਧੀਆ ਜਿਹੜੀਆਂ ਅਪਡੇਟਸ ਬਾਹਰ ਨਿਕਲ ਕੇ ਆ ਰਹੀਆਂ ਆ ਹੋ ਸਕਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਯੁੱਧ ਆ ਉਹ ਵੀ ਰੁਕ ਜਾਵੇ ਲੇਕਿਨ ਸਭ ਤੋਂ ਵੱਡੀ ਜਿਹੜੀ ਅਪਡੇਟ ਉਹ ਆ ਰਹੀ ਆ ਕਿ ਰੂਸ ਤੇ ਯੂਕਰੇਨ ਨੇ ਅਨਾਜ ਨਰਿਆਸ ਸਮਝੌਤਾ ਜਿਹੜਾ ਆ ਉਹਦੇ ਉੱਪਰ ਸਾਈਨ ਕੀਤੇ ਆ ਤੁਹਾਨੂੰ ਮੈਂ ਦੱਸ ਦਵਾਂ ਕਿ ਮਹਿੰਗਾਈ ਦਰ ਜਿਹੜੀ ਪੂਰੀ ਦੁਨੀਆ ਦੇ ਵਿੱਚ ਵਾਧੀ ਪਈ ਸੀਗੀ ਉਹਦੇ ਵਿੱਚ ਜਿਹੜਾ ਇਹ ਰਸ਼ੀਆ ਤੇ ਯੂਕਰੇਨ ਦਾ ਯੁੱਧ ਆ ਇਹ ਵੀ ਇੱਕ ਅਹਿਮ ਕਾਰਨ ਆ ਕਿਉਂਕਿ ਦੋਸਤੋ ਬਹੁਤ ਸਾਰੇ ਮੁਲਕਾਂ ਨੂੰ ਇਹ ਦੇਸ਼ਾਂ ਤੋਂ ਜਿਹੜੀ ਖਾਣ ਪੀਣ ਦੀ ਸਮੱਗਰੀ ਆ ਉਹ ਜਾਂਦੀ ਆ ਸੋ ਬਲੈਕ ਸੀ ਦੇ ਰਾਸਤੇ ਹੁਣ ਗ੍ਰੇਨ ਐਕਸਪੋਰਟ ਜਿਹੜਾ ਆ ਉਹ ਦੁਬਾਰਾ ਸ਼ੁਰੂ ਹੋ ਜਾਏਗਾ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਵਾਂ ਕਿ ਸਭ ਤੋਂ ਖਾਸ ਗੱਲ ਇਸ ਵਿੱਚ ਇਹ ਰਹੀ ਕਿ ਇਹਦੇ ਵਿੱਚ ਤੁਰਕੀ ਤੇ ਸੰਯੁਕਤ ਰਾਸ਼ਟਰ ਨੇ ਜਿਹੜੀ ਆ ਉਹ ਅਹਿਮ ਜਿਹੜਾ ਆ ਕਿਰਦਾਰ ਨਿਭਾਇਆ ਅਹਿਮ ਭੂਮਿਕਾ ਉਹਨਾਂ ਦੀ ਰਹੀ ਜੇਕਰ ਅਸੀਂ ਅੱਗੇ ਗੱਲ ਕਰੀਏ ਤਾਂ ਹੁਣ ਦੋਸਤੋ ਇਸ ਡੀਲ ਦੀਆਂ ਜਿਹੜੀਆਂ ਖਾਸ ਗੱਲਾਂ ਉਹ ਕੀ ਰਹਿਣ ਵਾਲੀਆਂ ਆ ਸਭ ਤੋਂ ਪਹਿਲਾਂ ਬਲੈਕ ਸੀ ਦੇ ਵਿੱਚ ਜਿਹੜੇ ਫਸੇ ਅਨਾਜ ਨਾਲ ਜਿਹੜੇ ਭਰੇ ਹੋਏ ਜਹਾਜ਼ ਆ ਹੁਣ ਉਹਨਾਂ ਨੂੰ ਉੱਥੇ ਜਿਹੜੇ ਜਹਾਜ਼ਾਂ ਵਾਲੇ ਆ ਉਹ ਕਢ ਸਕਣਗੇ ਦੂਸਰੀ ਗੱਲ ਰੂਸੀ ਸੇਨਾ ਨੇ ਯੂਕਰੇਨ ਦੀਆਂ ਜਿਹੜੀਆਂ ਬੰਦਰਗਾਹਾਂ ਆ ਉਹਨਾਂ ਦੇ ਉੱਪਰ ਜਿਹੜਾ ਹਮਲਾ ਨਾ ਕਰਨ ਦਾ ਫੈਸਲਾ ਕੀਤਾ ਆ ਤੁਰਕੀ ਤੇ ਸੰਯੁਕਤ ਰਾਸ਼ਟਰ ਜਿਹੜਾ ਆ ਉਹ ਜਹਾਜ਼ਾਂ ਦਾ ਜਿਹੜਾ ਆ ਨਿਰੀਖਣ ਕਰਨਗੇ ਜਿਹਦੇ ਨਾਲ ਕੀ ਇਹ ਸਨਿਸ਼ਚਿਤ ਕੀਤਾ ਜਾਏਗਾ ਇਹ ਸ਼ੋਰਟੀ ਕੀਤੀ ਜਾਏਗੀ ਕਿ ਜਿਹੜਾ ਰੂਸੀ ਹਥਿਆਰ ਆ ਉਹ ਜਿਹੜੇ ਆ ਯੂਕਰੇਨ ਦੇ ਵਿੱਚ ਨਾ ਲੈ ਕੇ ਜਾ ਜਾ ਸਕਣ ਇਸ ਤੋਂ ਬਾਅਦ ਬਲੈਕ ਸੀ ਦੇ ਮਾਧਿਅਮ ਚ ਜਿਹੜੇ ਹੁਣ ਅੱਗੇ ਆਕਿਆ ਜਾ ਰਿਹਾ ਆ ਕਿ ਰੂਸੀ ਅਨਾਜ ਜਿਹੜਾ ਆ ਉਹ ਨਿਰਯਾਤ ਕੀਤਾ ਜਾ ਸਕੇਗਾ। ਸੋ ਦੋਸਤੋ ਅੱਗੇ ਮੈਂ ਤੁਹਾਨੂੰ ਦੱਸ ਦੰਨਾ ਕਿ ਜਿਹੜਾ ਯੂਕਰੇਨ ਆ ਉਹਦੇ ਤੋਂ ਕਿਹੜੇ-ਕਿਹੜੇ ਮੁਲਕ ਵੱਡੀ ਤਦਾਦ ਦੇ ਵਿੱਚ ਜਿਹੜਾ ਗਹਿੂ ਆ ਉਹ ਇੰਪੋਰਟ ਕਰਦੇ ਆ। ਸਭ ਤੋਂ ਪਹਿਲਾਂ ਮੋਲਦੋਵਾ 92% ਫਿਰ ਲੈਬਨਾਨ 85% ਕਤਰ 64% ਲੀਬੀਆ 48% ਮਲੇਸ਼ੀਆ 26% ਬੰਗਲਾਦੇਸ਼ 25% ਤੇ ਹੋਰ ਵੀ ਬਹੁਤ ਸਾਰੇ ਮੁਲਕ ਆ ਜਿਹੜੇ ਇੰਪੋਰਟ ਕਰਦੇ ਆ ਗੇਹੂ ਯੂਕਰੇਨ ਤੋਂ ਇਸ ਤੋਂ ਬਾਅਦ ਦੁਨੀਆ ਦੇ ਵਿੱਚ ਰੂਸ ਜਿਹੜਾ ਆ ਤੇ ਯੂਕਰੇਨ ਤੋਂ ਹੋਣ ਵਾਲੀ ਸਪਲਾਈ ਹੋਰ ਵੀ ਮੈਂ ਤੁਹਾਨੂੰ ਦੱਸਦਾ ਆ ਕਿ 30% ਦੇ ਲਗਭਗ ਜਿਹੜਾ ਗੇਹੂ ਆ ਪੂਰੀ ਦੁਨੀਆ ਨੂੰ ਜਿਹੜਾ ਇਹ ਜਾਂਦਾ ਆ ਇਸ ਤੋਂ ਇਲਾਵਾ ਜੋ 29% ਉਹ ਆ ਮੱਕਾ 15% ਸਨਫਲਾਵਰ ਤੇਲ ਜਿਹੜਾ ਆ ਉਹ 75% ਜਾਂਦਾ ਆ ਇਸੇ ਕਰਕੇ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਹਨੂੰ ਜਿਹੜੀ ਆ ਉਹ ਅੱਗ ਲੱਗੀ ਹੋਈ ਆ ਸੋ ਕਿੱਦਾਂ ਇਹ ਪ੍ਰੋਬਲਮ ਆਈ ਸੀਗੀ ਕਿ ਜੰਗ ਦੇ ਵਿੱਚ ਜਿਹੜੀ ਇਹ ਸਪਲਾਈ ਸੀਗੀ ਇਹਨੂੰ ਸਾਰਾ ਕੁਝ ਜਿਹੜਾ ਆ ਉਹ ਅਸਤਵਿਅਸਤ ਕਰ ਦਿੱਤਾ ਕਰ ਦਿੱਤਾ ਸੀਗਾ ਰੂਸ ਨੇ ਜਿਹੜਾ ਆ ਉਹ ਬਲੈਕ ਸੀ ਦੇ ਉੱਪਰ ਆਪਣੀ ਆਰਮੀ ਜਿਹੜੀ ਲਗਾਤੀ ਸੀਗੀ ਤੇ ਜਿਹੜੇ ਵੀ ਉੱਥੇ ਜਹਾਜ਼ ਆਂਦੇ ਸੀ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਸੀਗਾ ਸੋ ਬਹੁਤ ਵੱਡੀ ਪੋਜ਼ਿਟਿਵ ਖਬਰ ਆਈ ਆ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਯੁੱਧਾ ਉਹ ਵੀ ਖਤਮ ਹੋ ਜਾਏਗਾ ਬੋਗੀ ਦੋਸਤੋ ਹਮੇਸ਼ਾ ਖੁਸ਼ ਰਹੋ ਅਪ ਟੂ ਡੇਟ ਰਹੋ ਤੇ ਜਿਹੜੀ ਵੀ ਖਬਰ ਆਂਦੀ ਆ ਉਹਨੂੰ ਸੋਸ਼ਲ ਮੀਡੀਆ ਤੇ ਜਾ ਕੇ ਤੇ ਨਿਊਜ਼ਪੇਪਰਾਂ ਦੇ ਵਿੱਚ ਜਾ ਕੇ ਉਹ ਜਰੂਰ ਤੁਸੀਂ ਜਿਹੜੀ ਆ ਉਹ ਰੀਡ ਕਰਿਆ ਕਰੋ